ਅੱਜ ਦੇਖੂਗਾ ਆਪਾਂ ਪੰਜਾਬੀ ਰੰਗ। ਕਰਾਂਗੇ ਮੇਰੇ ਵੀਰ ਉਹ ਪੂਰਾ ਫੰਕਸ਼ਨ, ਹਾਂ ਅੱਜ ਨਜ਼ਾਰੇ ਲਾਉਂਗੇ ਨਿਆਣੇ। ਹਾਂਜੀ, ਕਿੱਦਾਂ ਜੀ ਸਾਰੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਨਵਾਂ ਦਿਨ ਚੜ੍ਹਿਆ, ਅੱਜ ਅਸੀਂ ਚੱਲੇ ਹਾਂ ਫਿਰ। ਅੱਜ ਹਮਾਰੇ ਚਾਚਾ ਜੀ ਦਾ ਛੋਕਰਾ ਵੀ ਹਮਾਰੇ ਸਾਥ ਚੱਲੇਗਾ। ਅੱਜ ਅਸੀਂ ਚੱਲੇ ਹਾਂ ਗੋਲਡ ਕੋਸਟ, ਜਿਹੜੀ ਆਸਟ੍ਰੇਲੀਆ ਦੀ 35th ਮੇਰੇ ਹਿਸਾਬ ਨਾਲ ਸਿੱਖ ਗੇਮਾਂ ਨੇ, ਉਹ ਹੁਣ ਚੱਲੀਆਂ ਨੇ। ਤਾਂ ਖੇਲੂੰਗਾ ਫੁੱਟਬਾਲ ਆਪਣੇ ਪੰਜਾਬ ਕਲੱਬ ਵੱਲੋਂ, ਅਤੇ ਹਮਾਰੇ ਚਾਚਾ ਜੀ ਦਾ ਛੋਕਰਾ ਜੇ ਘੁੰਮੇਗਾ ਫਿਰੇਗਾ, ਅੱਜ ਦੇਖੂਗਾ ਪੰਜਾਬੀ। ਕਰਾਂਗੇ ਮੇਰੇ ਵੀਰ ਉਹ ਪੂਰਾ ਫੰਕਸ਼ਨ, ਹਾਂ ਨਜ਼ਾਰੇ ਲਾਉਂਗੇ ਨਜ਼ਾਰੇ। ਅੱਜ ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਦਾ ਕੀ ਸੀ ਨਾ ਆਪਣੀ ਪਹਿਲੀ ਗੇਮ ਹੈ ਜਿਹੜੀ 2:30 ਵਜੇ ਆ। ਗੇਮ ਦਾ ਆਪਾਂ ਦੇਖਾਂਗੇ, ਥੋੜ੍ਹੀ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਫਿਲਹਾਲ ਆਪਾਂ ਨਿਕਲੀਏ, ਤੇਲ ਤੁਲ ਪਰਾ ਕੇ ਅਤੇ ਆਪਾਂ ਹੋਈਏ ਗੋਲਡ ਕੋਸਟ ਵਾਲੇ। ਇਹਦੇ ਦੋ ਫਰੈਂਡ ਆ, ਉਹ ਵੀ ਨਵੇਂ ਆਏ ਆ ਇੰਡੀਆ ਤੋਂ, ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਜਾਵਾਂਗੇ ਅਤੇ ਉਹਨਾਂ ਨੂੰ ਵੀ ਦਿਖਾਵਾਂਗੇ ਕਿੱਦਾਂ ਦਾ ਪ੍ਰੋਗਰਾਮ ਹੈਗਾ ਅੱਜ ਦਾ। ਲਓ ਜੀ, ਆਪਾਂ ਪੁੱਜ ਗਏ ਹਾਂ ਸਟੇਡੀਅਮ ਦੇ। ਸਟੇਡੀਅਮ ਥੋੜ੍ਹਾ ਜਿਹਾ ਅੱਗੇ ਜਾ ਕੇ ਆ, ਟ੍ਰੈਫਿਕ ਕੰਟਰੋਲ ਵਾਲੇ ਖੜ੍ਹੇ ਹੋਏ ਇੱਧਰ। ਗੱਡੀ ਆਪਾਂ ਪਿੱਛੇ ਲਾਏ ਹਾਂ, ਪਿੱਛੇ ਪਾਰਕਿੰਗ ਸੀ, ਅਤੇ ਹੁਣ ਆਪਾਂ ਅੰਦਰ ਚੱਲਦੇ ਹਾਂ। ਵੈਸੇ ਤਾਂ ਮੌਸਮ ਵਧੀਆ, ਧੁੱਪ ਨਿਕਲੀ ਹੋਈ ਹੈ, ਕੱਲ੍ਹ ਨਾਲੋਂ ਤਾਂ ਬਹੁਤ ਵਧੀਆ ਹੈ, ਪਰ ਹਵਾ ਹੁਵਾ ਚੱਲ ਰਹੀ ਹੈ, ਠੀਕ ਹੈ, ਬਹੁਤ ਵਧੀਆ ਮੌਸਮ ਹੈ। ਅਤੇ ਆਪਾਂ ਜਾ ਕੇ ਅੰਦਰ ਤੁਹਾਨੂੰ ਦਿਖਾਉਂਦੇ ਹਾਂ ਖੇਡਾਂ। ਛਾਤੀਆਂ ਨਾ ਜਾਣ ਜਦੋਂ ਗਜਾਂ ਵਿੱਚ ਨਾਪੀਆਂ, ਲਾਲੀ ਪੈਂਦੀ ਪਿੰਡਿਆਂ ਤੇ ਗਿੱਠ ਗਿੱਠ ਛਾੜਵੀਂ, ਹਾਰਿਆਂ ਚੋਂ ਲੱਥਦੀ ਨੀ ਦੁੱਧ ਵਾਲੀ ਕਾੜਵੀਂ, ਏਦਾਂ ਖਾ ਕੇ ਖੁਰਾਕ ਹੈ ਸਰੀਰ ਪੈਂਦਾ ਪਾਲਣਾ, ਸੌਖੀ ਨੀ ਕਬੱਡੀ ਖੇਡਣੀ। ਹਾਂਜੀ, ਅਤੇ ਫਿਰ ਆਪਾਂ ਉੱਥੇ ਜਾ ਕੇ ਖੇਲਿਆ ਆਪਣਾ ਮੈਚ, ਅਤੇ ਆਹ ਜਿਹੜੇ ਥੋੜ੍ਹੇ ਜਿਹੇ ਖਤਰਨਾਕ ਸੀਨ ਸੀ ਜਿਹੜੇ ਆਪਣੇ ਸੋਕਰ ਮੈਚ ਦੇ ਵਿੱਚ ਸੀ, ਕਿਉਂਕਿ ਇਹ ਸੋਕਰ ਮੈਚ ਥੋੜ੍ਹੀ ਜਿਹੀ ਘੱਟ ਅਤੇ ਵਰਲਡ ਵਾਰ 4 ਜ਼ਿਆਦੀ ਸੀ। ਹਾਂਜੀ, ਅਤੇ ਜਿੱਦਾਂ ਕਿੱਦਾਂ ਖੇਲ ਖੋਲ ਕੇ ਧੱਕੇ ਧੁੱਕੇ ਮਾਰ ਕੇ, ਅਤੇ ਅਸੀਂ ਪੁੱਜ ਗਏ ਸੀ ਸੈਕਿੰਡ ਪੋਜੀਸ਼ਨ 'ਤੇ, ਅਤੇ ਜਿਹਦੇ ਨਾਲ ਸਾਨੂੰ ਮਿਲ ਗਈ ਹੈ ਟਰੋਫੀ ਰਨ ਅਪ ਦੀ, ਅਤੇ ਫਿਰ ਆਪਾਂ ਨਿਕਲ ਪਏ ਆਪਣੀ ਅਗਲੀ ਮੰਜ਼ਿਲ ਜਿਹੜੀ ਸੀ ਗੋਲਡ। ਹਾਂ,
ਹਾਂਜੀ ਤੇ ਅਸੀਂ ਪੁੱਜ ਗਏ ਹਾਂ ਗੋਲਡ ਕੋਸਟ ਬੀਚ ਤੇ, ਸਰਫ ਪੈਰਾਡਾਈਜ਼ ਆ ਲੱਗੀ ਹੈ ਲੋਕਲ ਮਾਰਕੀਟ, ਤੁਹਾਨੂੰ ਇੱਧਰ ਵੀ ਦਿਖਾਉਂਦੇ ਹਾਂ। ਆਹ ਸਿਟੀ ਏਰੀਆ ਮੇਨ ਜਿੱਥੇ ਬੀਚ ਦਾ ਆ, ਆਹ ਮੇਨ ਆਹੀ ਪੁਆਇੰਟ ਆ ਜਿਹੜਾ ਜ਼ਿਆਦਾ ਫੇਮਸ ਆ। ਕਿ ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ ਅੱਗੇ ਅੱਗੇ ਜਿੱਦਾਂ ਜਿੱਦਾਂ ਦੇਖਦੇ ਹਾਂ। ਸਰਫਰ ਪੈਰਾਡਾਈਜ਼ ਦਾ ਮੇਨ ਬੀਚ, ਅੱਜ ਦਾ ਜਨਤਾ ਬਹੁਤ ਇਕੱਠੀ ਹੋਈ ਆ, ਆਪਣੀ ਜਿਹੜੀ ਸਿੱਖ ਗੇਮ ਵਾਲੇ ਵੀ ਬਹੁਤ ਆਏ ਆ ਇੱਥੇ ਇੰਡੀਅਨ। ਹਾਂਜੀ ਆਪਾਂ ਸਾਰਿਆਂ ਨੇ ਲੈ ਲਿਆ ਮਾਸਕ ਤੇ ਇੱਧਰ ਦੇਖੋ ਬਣਦੀ ਗੱਲ ਜੀ, ਪੂਰੀ ਗੱਲ ਬਾਤ ਬਣਦੀ ਗੱਲ ਪੂਰੀ ਬਾਤ। ਸਾਡੇ ਭਰਾ ਹੁਣੀ ਬਲੌਗ ਬਣਾ ਰਹੇ ਨੇ, ਬਲੌਗ ਜਸਪ੍ਰੀਤ ਸਿੰਘ ਜੈਦ ਦੇ ਨਾਂ ਤੋਂ, ਕਹਿੰਦੇ ਪੇਜ ਦਾ ਨਾਂ ਹੈ, ਜ਼ਰੂਰ ਜਾ ਕੇ ਦੇਖਿਓ ਬਲੌਗ ਆਦਾ ਦਾ, ਪੂਰਾ ਤੁਹਾਨੂੰ ਕਬੱਡੀ ਦੀਆਂ ਗੇਮਾਂ ਵੀ ਖੜਾਈ ਜਾਊਂਗੀਆਂ ਅੱਬੇ ਨਜ਼ਾਰਾ, ਤੇ ਮੇਰੇ ਵੱਲੋਂ ਪੂਰੇ ਫੁੱਟਬਾਲ ਦੇ ਮੈਚ ਵੀ, ਤੇ ਸ਼ਾਮ ਦਾ ਜੋ ਰੰਗਾ ਰੰਗ ਪ੍ਰੋਗਰਾਮ ਭਾਰਤਗੜ੍ਹ ਤੇ ਜਲੰਧਰ। ਨਾਲ ਹੀ ਹੁੰਦਾ ਆਪਣਾ ਗੋਲਡ ਕੋਸਟ ਵਾਲਾ ਵਲੌਗ ਸਮਾਪਤ, ਅਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਆਪਣਾ ਪਿਆਰ ਜ਼ਰੂਰ ਦਿਖਾਇਓ, ਅਤੇ ਬਾਕੀ ਤੁਹਾਨੂੰ ਮਿਲਦੇ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮਚ ਜੀ, ਬਾਏ।